ਜੀ ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ। ਤੁਸੀਂ ਆਕਲੈਂਡ ਨਿਊਜ਼ੀਲੈਂਡ ਤੋਂ ਦੇਖ ਰਹੇ ਹੋ ਜੀ, ਔਰ ਆ ਇਹ ਉਪਰਾਲਾ ਜਿਹੜਾ ਉਹ ਰੇਡੀਓ ਸਾਡੇ ਵਾਲਾ ਦੀ ਤਰਫੋਂ ਕੀਤਾ ਗਿਆ ਕਿ ਅਸੀਂ ਕਰਤਾਰਪੁਰ ਕੋਰੀਡੋਰ ਦੇ ਉੱਤੇ ਜੋ ਵਰਕ ਪ੍ਰੋਗਰੈਸ ਹੈ ਉਹਦੇ ਉੱਤੇ ਇੱਕ ਰਿਪੋਰਟ ਲੈ ਕੇ ਨਿਕਲੇ ਸੀ, ਤਾਂ ਕਿ ਅਸੀਂ ਆਪਣੀ ਜਗਤ ਸੰਗਤ ਨੂੰ ਇੱਕ ਮੈਸੇਜ ਦੇ ਸਕੀਏ ਕਿ ਗੁਰੂ ਪਿਆਰੀ ਸੰਗਤ ਜੀ, ਇਸ ਪਰ ਜਿਸ ਤਰ੍ਹਾਂ ਕਿ ਬਹੁਤ ਸ਼ੱਕ ਸ਼ੁਬਾਤ ਜਿਹੜੇ ਨੇ ਉਹ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਪਤਾ ਨਹੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਕੰਮ ਰੁਕ ਚੁੱਕਿਆ ਕਿ ਨਹੀਂ ਰੁਕ ਚੁੱਕਿਆ। ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈਵੀ ਮਸ਼ੀਨਰੀਜ਼ ਜਿਹੜੀ ਹੈ, ਹੈਵੀ ਮਸ਼ੀਨਰੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਉਹ ਨਾਲ ਦੀ ਨਾਲ ਬੜਾ ਇਤਰਾਜ਼ ਕੀਤਾ ਗਿਆ ਸੀ ਸੰਗਤਾਂ ਵੱਲੋਂ ਕਿ ਜਿਹੜੀ ਸਬਜ਼ਾ ਹੈ, ਗ੍ਰੀਨਰੀ ਹੈ, ਨੈਚੁਰੈਲਿਟੀ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ। ਅਗਰ ਆ ਬੈਕ 'ਤੇ ਦੇਖੋ ਤੁਸੀਂ ਕਿ ਮੋਸਟ ਐਕਸਪੈਂਸਿਵ ਫਾਈਕਸ ਜਿਹੜੀ ਹੈ, ਜਿਹਨੂੰ ਕਿ ਫਾਈਕਸ ਪਾਂਡਾ ਕਿਹਾ ਜਾਂਦਾ, ਫਾਈਕਸ ਪਾਂਡਾ ਜਿਹੜੀ ਹੈ ਉਹ ਲਾਈ ਜਾ ਰਹੀ ਹੈ। ਔਰ ਤੁਸੀਂ ਦੇਖੋ ਮੇਰੇ ਤੋਂ ਕਿੰਨਾ ਉੱਚਾ ਕੱਦ ਹੈ, ਯਾਨੀ ਕਿ 6 ਫੁੱਟ ਹਾਈਟ ਤੋਂ ਵੀ ਅਬਵ ਜਿਹੜੇ ਪੌਦੇ ਨੇ ਉਹ ਸਿਲੈਕਟ ਕੀਤੇ ਗਏ ਨੇ ਇਸ ਪ੍ਰੋਜੈਕਟ ਵਾਸਤੇ, ਤਾਂ ਕਿ 1 ਸਾਲ ਦੇ ਅੰਦਰ ਅੰਦਰ ਆਪਣੀ ਪ੍ਰੋਗਰੈਸ ਜਿਹੜੀ ਹੈ ਉਹਨਾਂ ਦੀ ਉਹ ਇਸ ਲੈਵਲ ਦੀ ਹੋ ਜਾਵੇ ਕਿ ਤੁਹਾਨੂੰ ਦਰਖਤ ਜਿਹੜੇ ਨਜ਼ਰ ਆਉਣਾ ਸ਼ੁਰੂ ਹੋ ਜਾਣ। ਇਸੇ ਤਰ੍ਹਾਂ ਹੀ ਨੌਰਥ ਵੈਸਟ ਦਾ ਇੱਕ ਬੜਾ ਖੂਬਸੂਰਤ ਪੌਦਾ ਜਿਹਨੂੰ ਕਿ ਮੈਗਨੋਲੀਆ ਗ੍ਰੈਂਡੀ ਫਲੋਰਾ ਕਿਹਾ ਜਾਂਦਾ, ਇੱਥੇ ਤੁਹਾਡੇ ਲਈ ਵਾਸ਼ਨਾ ਜਿਹੜੀ ਹੈ, ਖੁਸ਼ਬੋ ਵਾਲੇ ਫੁੱਲ ਜਿਹੜੇ ਨੇ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ। ਮੋਤੀਆ, ਚੰਬੇਲੀ, ਕੇਤਕੀ ਸਾਰੇ ਲਾਏ ਜਾਣਗੇ। ਅਗਰ ਤੁਸੀਂ ਦੇਖਦੇ ਹੋ ਇਹ ਨਾਲ ਦੀ ਨਾਲ ਪੌਦੇ ਦੇਖੋ ਕਿੰਨੇ ਸੋਹਣੇ ਲਾਏ ਗਏ ਨੇ, ਪੌਦੇ ਜਿਹੜੇ ਨੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਪੌਦੇ ਜਿਹੜੇ ਨੇ ਇਹ ਮੈਗਨੋਲੀਆ ਗ੍ਰੈਂਡੀ ਫਲੋਰਾ ਹੈ। ਇਹ ਦੇਖੋ ਤੁਸੀਂ ਘੱਟੋ ਘੱਟ 10 ਫੁੱਟ ਦਾ ਪੌਦਾ ਜਿਹੜਾ ਉਹ ਲਾਇਆ ਜਾ ਰਿਹਾ। ਇਹ ਦੇਖੋ ਇਹ 10 ਫੁੱਟ ਦਾ ਪੌਦਾ ਘੱਟੋ ਘੱਟ ਜਿਹੜਾ ਜਿਹਨੂੰ ਕਿ ਕਿਹਾ ਜਾਂਦਾ ਮੈਗਨੋਲੀਆ ਗ੍ਰੈਂਡੀ ਫਲੋਰਾ, ਯਾਨੀ ਕਿ ਰਸਤੇ ਦੇ ਨਾਲ ਨਾਲ ਜਿੱਥੇ ਬਿਊਟੀਫਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਸੋ ਤੁਹਾਨੂੰ ਨਾਲ ਬਿਊਟੀਫਿਕੇਸ਼ਨ ਦੇ ਨਾਲ ਨਾਲ ਤੁਹਾਨੂੰ ਫੁੱਲਾਂ ਵਾਲੇ ਪੌਦੇ ਵੀ ਜਿਹੜੇ ਨੇ ਉਹ ਮਿਲਣਗੇ, ਤਾਂ ਕਿ ਤੁਸੀਂ ਇੱਥੇ ਆਓ ਅਤੇ ਤੁਹਾਡਾ ਜ਼ੇਨ ਦਿਮਾਗ ਜਿਹੜਾ ਮੁਅੱਤਰ ਹੋ ਜਾਵੇ ਬਿਲਕੁਲ। ਇਹ ਦੇਖੋ ਨਾਲ ਦੀ ਨਾਲ ਇਹ ਸਾਰੀ ਤੁਸੀਂ ਜਿੰਨੀ ਵੀ ਗ੍ਰੀਨ ਬੈਲਟ ਹੈ ਉਹਦੇ ਨਾਲ ਦੀ ਨਾਲ ਜਿਹੜੇ ਨੇ ਘਾਹ ਲਾ ਕੇ ਇਹ ਪੌਦੇ ਜਿਹੜੇ ਨੇ ਉਹ ਲਾਏ ਜਾਣਗੇ। ਗੁਰਪਿਆਰੀ ਸੰਗਤ ਜੀ, ਤੁਸੀਂ ਦੇਖ ਸਕਦੇ ਹੋ ਕਿ ਅਸੀਂ ਰਿਕਾਰਡਿੰਗ ਕਰਨ 'ਚ ਵੀ ਬਹੁਤ ਮੁਸ਼ਕਲ ਹੋ ਰਹੀ ਹੈ, ਕਿਉਂਕਿ ਇੰਨੀ ਮਸ਼ੀਨਰੀ ਕੰਮ ਕਰ ਰਹੀ ਹੈ ਕਿ 1 ਮਿੰਟ ਵਾਸਤੇ ਵੀ ਖਲੋਣਾ ਜਿਹੜਾ ਉਹ ਪੋਸੀਬਲ ਨਹੀਂ ਹੈ। ਕਿੰਨਾ ਕੁ ਫਾਸਟ ਚੈੱਕ ਐਂਡ ਬੈਲੈਂਸ ਹੋਏਗਾ ਇਸ ਕੰਮ ਦਾ, ਤੁਸੀਂ ਇਸ ਜਗ੍ਹਾ ਤੋਂ ਅੰਦਾਜ਼ਾ ਲਾ ਸਕਦੇ ਹੋ। ਇਹ ਪਿੱਛੇ ਤੁਸੀਂ ਦੇਖ ਲਓ ਫਿਲਿੰਗ ਮਸ਼ੀਨ ਲੱਗੀ ਹੈ, ਉੱਧਰ ਤੁਸੀਂ ਦੇਖ ਲਓ ਤਾਂ ਗੋਆਂ ਬੰਨੀਆਂ ਹੋਈਆਂ ਨੇ ਦਰਸ਼ਨੀ ਡਿਓੜੀ ਦੀਆਂ। ਇੱਧਰ ਅਗਰ ਤੁਸੀਂ ਦੇਖਦੇ ਹੋ ਤਾਂ ਲੈਵਲ ਕਰਨ ਵਾਲੀ ਮਸ਼ੀਨ ਲੱਗੀ ਹੋਈ ਹੈ। ਉਹ ਸਾਡੇ ਵੀਰ ਅਗਰ ਤੁਸੀਂ ਦੇਖੋ ਤਾਂ ਪੌਦੇ ਜਿਹੜੇ ਨੇ ਬੂਟੇ ਜਿਹੜੇ ਨੇ ਉਹ ਲਾ ਰਹੇ ਨੇ, ਔਰ ਬੂਟੇ ਜਿਹੜੇ ਨੇ ਲੱਗਣੇ ਸ਼ੁਰੂ ਹੋ ਗਏ ਨੇ। ਔਰ ਨਾਲ ਦੀ ਨਾਲ ਹੀ ਹੈ ਤੁਸੀਂ ਦੇਖੋ ਰੋਡ ਸਰਵੇ ਵਾਲੇ ਜਿਹੜੇ ਨੇ, ਪਾਰਕਿੰਗ ਵਾਲੇ ਜਿਹੜੇ ਨੇ, ਔਰ ਪਾਰਕਿੰਗ ਵਾਲੀ ਜਿਹੜੀ ਹੈ ਸਾਰੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਹੋਈਆਂ ਨੇ। ਦੇਖੋ ਕਮਾਲ ਦੀ ਗੱਲ ਹੈ, ਔਰ ਇਹ ਵੱਡੀ ਮੇਨ ਇੰਟਰਸ ਹੈ ਜਿੱਥੋਂ ਤੁਸੀਂ ਇੰਟਰ ਹੋਣਾ, ਜਿਸ ਜਗ੍ਹਾ ਤੋਂ ਤੁਸੀਂ ਦਰਸ਼ਨੀ ਡਿਓੜੀ ਦੇ ਅੰਦਰ ਇੰਟਰ ਹੋਣਾ, ਉਹ 3 ਗੇਟ ਬਣੇ ਹੋਏ ਨੇ ਕਿ ਰਸ਼ ਨਾ ਪਵੇ ਜਦੋਂ ਸੰਗਤਾਂ ਆਉਣ ਅਤੇ ਰਸ਼ ਨਾ ਪਵੇ। ਜਿਸ ਤਰ੍ਹਾਂ ਕਿ ਗ੍ਰੀਨਰੀ ਦੀ ਗੱਲ ਕੀਤੀ ਸੀ, ਇਨਵਾਇਰਮੈਂਟ ਦੀ ਗੱਲ ਕੀਤੀ ਸੀ, ਅਤੇ ਤੁਹਾਨੂੰ ਅਸੀਂ ਇਨਵਾਇਰਮੈਂਟ ਜਿਹੜੀ ਹੈ ਉਹ ਕਿੰਨੀ ਸੋਹਣੀ ਕਰਕੇ ਜਿਹੜੀ ਹੈ ਉਹ ਦਿਖਾ ਰਹੇ ਹਾਂ ਕਿ ਇਨਵਾਇਰਮੈਂਟ ਦੇ ਮੁਤਲਕ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਨਾਲ ਦੀ ਨਾਲ ਸਾਰੇ ਵੱਡੇ ਵੱਡੇ ਗਾਰਡਨ ਬਣ ਜਾਣੇ ਨੇ ਚਾਰੋਂ ਪਾਸੇ, ਇੰਨੀ ਕੁ ਗ੍ਰੀਨਰੀ ਹੋਣੀ ਹੈ ਕਿ ਇਹ ਬਿਲਕੁਲ ਜਿਸ ਤਰ੍ਹਾਂ ਕਹਿ ਲਓ ਤੁਸੀਂ ਤਾਜ ਮਹਿਲ ਤੁਹਾਨੂੰ ਦੂਰੋਂ ਨਜ਼ਰ ਆਉਂਦਾ, ਇਸ ਤਰੀਕੇ ਨਾਲ ਇਹ ਬਿਲਡਿੰਗ ਜਿਹੜੀ ਹੈ ਉਹ ਚਾਰੋਂ ਪਾਸੋਂ ਤੁਹਾਨੂੰ ਇੱਕ ਜੈਸੀ ਦਿਸੇਗੀ। ਲੇਕਿਨ ਤੁਹਾਨੂੰ ਜਿਹੜੀਆਂ ਸੰਗਤਾਂ ਦੂਰਬੀਨ ਦੀ ਰਾਹੀਂ ਸੈਂਥੋਸਕੋਪ ਦੇ ਤਹਿਤ ਉੱਥੋਂ ਬਾਰਡਰ ਤੋਂ ਦੇਖਦੀਆਂ ਨੇ 4-5 ਕਿਲੋਮੀਟਰ ਤੋਂ, ਉਹ ਵਾਲਾ ਵਿਊ ਵੀ ਖੁੱਲ੍ਹਾ ਰੱਖਿਆ ਗਿਆ, ਉਹਨਾਂ ਨੂੰ ਬੰਦ ਨਹੀਂ ਕੀਤਾ ਗਿਆ, ਤਾਂ ਕਿ ਇਹ ਨਾ ਹੋਵੇ ਕਿ ਜਿਹੜੇ ਲੋਕ ਦਰਸ਼ਨ ਦਿਦਾਰੇ ਉੱਥੋਂ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਹ ਰੁਕ ਜਾਣ। ਅਤੇ ਸੋ ਤੁਸੀਂ ਅੱਜ ਪ੍ਰੋਗਰੈਸ, ਵਰਕ ਪ੍ਰੋਗਰੈਸ ਦੇਖ ਰਹੇ ਹੋ ਕਰਤਾਰਪੁਰ ਸਾਹਿਬ ਕੋਰੀਡੋਰ, ਔਰ ਇਹ ਉਹਨਾਂ ਸੰਗਤਾਂ ਲਈ ਮੈਸੇਜ ਹੈ ਜਾਂ ਉਹਨਾਂ ਦੋਸਤਾਂ ਲਈ ਮੈਸੇਜ ਹੈ ਜਿਹੜੇ ਲੋਕ ਕਹਿੰਦੇ ਸਨ ਕਿ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ ਜਿਹੜਾ ਸੁਸਤ ਹੋ ਗਿਆ, ਸਲੋ ਹੋ ਗਿਆ, ਕੋਈ ਕਹਿੰਦੇ ਸੀ ਰੁਕ ਗਿਆ, ਅਤੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ। ਔਰ ਇਹ ਜਿਹੜੇ ਪ੍ਰੋਪੋਗੰਡੇ ਨੇ, ਇਹ ਪ੍ਰੋਪੋਗੰਡੇ ਜਿਹੜੇ ਨੇ ਉਹ ਸਿਰਫ ਪ੍ਰੋਪੋਗੰਡੇ ਨੇ, ਓਰਿਜਨੈਲਿਟੀ ਇਹਦੇ 'ਚ ਕੋਈ ਨਹੀਂ ਹੈ। ਗਵਰਨਮੈਂਟ ਆਫ ਪਾਕਿਸਤਾਨ, ਸਾਡੇ ਤਮਾਮ ਡਿਪਾਰਟਮੈਂਟਸ, ਮੈਂ ਕਹਿ ਰਿਹਾ ਕਿ ਆਪਣੀ ਦਿਨ ਰਾਤ ਇੱਕ ਮਿਹਨਤ ਕਰਕੇ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਜੋ ਟਾਈਮ ਅਨਾਊਂਸ ਕੀਤਾ ਗਿਆ ਹੈ ਜਗਤ ਸੰਗਤ ਵਾਸਤੇ ਉਸ ਲਿਮਿਟ ਦੇ ਅੰਦਰ ਅੰਦਰ ਇਹਨੂੰ ਪੂਰਾ ਵੀ ਕਰਨਾ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ। ਆਲ ਰਾਈਟਸ ਆਰ ਰਿਜ਼ਰਵ ਆਫ ਦਿਸ ਵੀਡੀਓ ਬਾਏ ਰੇਡੀਓ ਸਾਡੇ ਵਾਲਾ, ਨੋ ਵਨ ਹੈਵ ਟੂ ਰਾਈਟ
ਟੂ ਡਾਊਨਲੋਡ ਟੂ ਸ਼ੇਅਰ ਦੇਅਰ ਓਨ ਪੇਜ ਔਰ ਬਾਈ ਨੇਮ, ਬਟ ਇਫ ਯੂ ਵਾਂਟ ਟੂ ਸ਼ੇਅਰ ਦਿਸ ਵੀਡੀਓ ਦੈਨ ਯੂ ਕੈਨ ਯੂਜ਼ ਅਵਰ ਰੀਅਲ ਲਿੰਕ ਆਫ ਦ ਵੀਡੀਓ, ਦੈਨ ਯੂ ਕੈਨ ਯੂਜ਼ ਅਵਰ ਵੀਡੀਓ ਐਂਡ ਆਲ ਰਾਈਟ ਸਾਡਾ ਬਾਈ ਰੇਡੀਓ ਸਾਡੇ ਵਾਲਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ।